ਵੈਸੇ ਤਾਂ ਸੌਣ ਦਾ ਇਰਾਦਾ ਬਣ ਗਿਆ ਸੀ, ਪਰ ਸੋਚਿਆ ਲਾਸਟ ਨਾਈਟ ਹੈ, ਚਲੋ ਹੋਰ ਇੰਜੋਏ ਕਰ ਲਈਏ। ਉੱਠ ਕੇ ਮੋਰਨਿੰਗ 5:30 ਦਾ ਟਾਈਮ ਹੈ, ਸੂਟ ਬਸ ਅਤੇ ਹੁਣ ਇਹਦੇ 'ਚ ਅਸੀਂ ਸਾਰਾ, ਇਹ ਸਾਡੇ ਸਟੇਸ਼ਨ ਦੇ ਬਿਲਕੁਲ ਨਾਲ ਤੋਂ ਜਾਂਦੀ ਹੈ ਸਿੱਧੀ ਏਅਰਪੋਰਟ। ਦੋ ਜੀ ਬੱਸ ਚੱਲ ਪਈ ਓਪੇਰਾ ਤੋਂ ਸਿੱਧੀ ਏਅਰਪੋਰਟ ਲਈ, ਅਤੇ ਮੇਰਾ ਕਦ ਤੱਕ ਚੈੱਕਿੰਗ ਦਾ ਕਿੰਨਾ ਟਾਈਮ ਇੱਥੇ ਲੱਗਦਾ ਹੈ, ਮੈਂ ਕਿਹਾ ਚੱਲ ਗੇਮ ਹੀ ਖੇਲੀ ਜਾ ਕੇ ਦੇਖਦਾ ਉੱਥੇ। ਲਓ ਜੀ ਚੁੱਪ ਪਏ ਪੈਰਿਸ ਤੋੜ ਗਏ, ਲਓ ਜੀ ਇੱਕ ਵਾਰ ਫਿਰ ਤੋਂ। ਵੈਸੇ ਤਾਂ ਸੌਣ ਦਾ ਇਰਾਦਾ ਬਣ ਗਿਆ ਸੀ, ਪਰ ਸੋਚਿਆ ਲਾਸਟ ਨਾਈਟ ਹੈ, ਚਲੋ ਹੋਰ ਇੰਜੋਏ ਕਰ ਲਈਏ, ਤਾਂ ਦੁਬਾਰੇ ਤਿਆਰ ਹੋ ਕੇ ਜਾਣ ਲੱਗੇ ਹਾਂ ਘੁੰਮਣ ਲਈ। ਦੇਖਦੇ 9 ਵੱਜ ਗਏ, ਕੋਈ ਜਗ੍ਹਾ ਕਿਤੇ ਮਿਲਦੀ ਤਾਂ ਕੋਈ ਐਕਸਟਰਾ ਫਨ ਐਕਸਟਰਾ ਇੰਜੋਏ, ਦੇਖਦੇ ਕੀ ਬਣਦਾ, ਦਿਖਾਉਂਦੇ ਤੁਹਾਨੂੰ ਨਾਲੇ ਜਾ ਕੇ। ਉਹ ਜੀ ਵੀ ਬਹੁਤ ਜ਼ਬਰਦਸਤ ਜਗ੍ਹਾ ਇੱਥੇ, ਰੈਡ ਹੋ ਗਈ ਇਹਦਾ ਨਾਮ ਹੈ ਟ੍ਰੇਨ, ਇਹ ਬੜੀ ਵਧੀਆ ਇੱਥੇ। ਦੇਖੋ ਜੀ ਪੈਰਿਸ ਦੀਆਂ ਗਲੀਆਂ ਰਾਤ ਨੂੰ, ਇੱਥੋਂ ਮੈਟਰੋ ਲੈ ਕੇ ਜਾਣ ਲੱਗੇ, ਦੇਖਦੇ ਕਿਉਂ ਪਹੁੰਚਦੇ। ਵੈਸੇ ਬਣਾ ਲਿਆ ਪ੍ਰੋਗਰਾਮ ਬੈਠੇ ਬੈਠੇ, ਨਹੀਂ ਤਾਂ ਸੌਣ ਦਾ ਪ੍ਰੋਗਰਾਮ ਸੀ, ਪਰ ਸੋਚਿਆ ਲਾਸਟ ਨਾਈਟ ਹੈ, ਕਰ ਲਈਏ ਇੰਜੋਏ, ਹੋਰ ਦੇਖ ਲਈਏ ਪੈਰਿਸ ਰਾਤ ਨੂੰ ਨਿਕਲ ਪਏ। ਹਰੇਕ ਮੈਟਰੋ ਸਟੇਸ਼ਨ 'ਤੇ ਇਹਨਾਂ ਦੇ ਇਹਨਾਂ ਨੇ ਮਸ਼ੀਨ ਲਾ ਰੱਖੀ ਹੈ ਪ੍ਰੋਪਰ, ਜਿਹਦੇ ਵਿੱਚ ਤੁਸੀਂ ਵੀ ਖਾਣਾ ਹੈ, ਲੋਰੀਅਸ ਲੇਸ ਐਂਡ ਚੋਕਲੇਟ ਕੋਲਡ ਡਰਿੰਕ ਸਭ ਤੋਂ ਅਵੇਲੇਬਲ ਹੈ ਇੱਥੇ। ਇਹਨਾਂ ਦੇ ਰੇਟ ਹੈ, ਇੱਥੇ ਕੁਆਇਨ ਪੈਂਦਾ ਹੈ, ਕੁਆਇਨ ਪਾ ਕੇ ਤੁਸੀਂ ਕਰ ਸਕਦੇ ਹੋ, ਇੱਥੋਂ ਬਾਹਰ ਆ ਜਾਂਦੀ ਤੁਸੀਂ ਰਿਕੁਆਇਰ ਕਰੋਗੇ ਇੱਥੋਂ ਨਿਕਲ ਆਉਂਦੀ ਹੈ, ਇੱਥੇ ਯੂਰੋ ਪੈਣਾ ਹੈ। ਹਰੇਕ ਮੈਟਰੋ ਸਟੇਸ਼ਨ ਦੇ ਲਾਲ ਸਤਿ ਸ਼੍ਰੀ ਅਕਾਲ ਜੀ, ਹੋ ਗਈ 28 ਦਸੰਬਰ, ਉੱਠ ਕੇ ਮੋਰਨਿੰਗ 5:30 ਦਾ ਟਾਈਮ ਹੈ,
ਕਾਫੀ ਪੀਜ਼ੇ ਬਣਾ ਕੇ ਸਟਾਰਟ ਹੈ ਜੀ। ਨਾਉ ਆਈ ਵਿਲ ਟੇਕ this stuff. Yeah, nice one. ਲਓ ਜੀ ਚੱਲ ਪਏ ਇੱਕ ਵਾਰ ਫਿਰ ਤੋਂ ਜਾ ਰਹੇ ਹੁਣ ਸਵੇਰੇ ਹੋ ਗਈ ਅੱਜ ਚਲੇ ਜਾਣਾ ਅੱਜ ਫਲਾਈਟ ਹੈ ਮੇਰੀ ਦੁਪਹਿਰ ਦੀ ਅਤੇ ਇੱਥੋਂ ਨਿਕਲ ਪੈਣਾ ਹੈ 10:30-11 ਵਜੇ ਕਰੀਬ ਏਅਰਪੋਰਟ ਵੱਲ ਨੂੰ 12 ਵਜੇ ਏਅਰਪੋਰਟ ਪਹੁੰਚ ਜੀ 12 ਤੋਂ ਵੀ ਪਹਿਲਾਂ ਪਹੁੰਚਣਾ ਪੈਣਾ ਵੈਸੇ 11:30 ਤਾਂ ਕਿ ਅਸੀਂ ਟਾਈਮਲੀ ਆਪਣਾ ਬੋਰਡਿੰਗ ਵਗੈਰਾ ਕਰਾ ਲਈਏ ਉੱਥੇ ਜਦੋਂ ਦਿਖਾਉਂਦੇ ਤੁਹਾਨੂੰ ਹਾਲੇ ਹੁਣ ਕੀ ਕਰਨਾ ਕੀ ਨਹੀਂ ਉੱਤੋਂ ਸਾਨੂੰ ਵੀ ਕੁਛ ਨਹੀਂ ਹਾਲੇ ਵੈਸੇ ਹੀ ਨਿਕਲ ਗਏ ਲਓ ਜੀ ਪੈਰੀ ਦਿਖ ਰਹੇ ਫਿਰ ਤੋਂ ਇੱਕ ਵਾਰ ਸਵੇਰੇ ਮੋਰਨਿੰਗ ਇੱਥੇ ਟਾਈਮ ਇਸ ਟਾਈਮ ਹੋਇਆ ਹੈ 8:00 ਦਿਨ ਹੈਗਾ ਅੱਜ 28 ਦਸੰਬਰ ਅਤੇ ਬਾਕੀ ਦੇਖਦੇ ਹਾਂ ਕਿੱਧਰ ਚੱਲੀਏ ਉਹ ਕਰਕੇ ਉਹ ਵੀ ਦੇਖ ਲਈਏ ਉਹ ਰਹਿ ਗਈ ਸੀ ਸਾਡੀ ਐਕਚੁਅਲੀ ਮੈਂ ਹੋਟਲ ਦੇ ਬਿਲਕੁਲ ਨਾਲੇ ਹੈ ਵਾਕਿੰਗ ਡਿਸਟੈਂਸ 'ਤੇ ਤਾਂ ਇਹ ਪੈਂਡਿੰਗ ਛੱਡਦੀ ਵੀ ਪਹਿਲਾਂ ਦੂਰ ਦੀਆਂ ਜਿਹੜੀਆਂ ਹੈ ਉਹ ਦੇਖੀਆਂ ਜਾਣ ਲੋਕਲ ਦਾ ਅਸੀਂ ਫਿਰ ਵੀ ਜਦੋਂ ਮਰਜ਼ੀ ਗੇੜਾ ਮਾਰ ਲਉਂਗੇ ਅਤੇ ਉਹੀ ਹੋਇਆ ਅੱਜ ਹੁਣ ਥੋੜ੍ਹਾ ਟਾਈਮ ਹੈ 1.5 ਘੰਟਾ ਹੀ ਸਾਡੇ ਕੋਲ ਇਸ ਕਰਕੇ ਉਹਨੂੰ ਵਿਜ਼ਿਟ ਕਰਕੇ ਦੇਖਦੇ ਹਾਂ ਕੀ ਆ ਕੀ ਨਹੀਂ ਮੈਟਰੋ ਦਾ ਪਾਸ ਖਤਮ ਹੋ ਗਿਆ ਜੀ 3 ਦਿਨ ਲਈ ਬਣਾਇਆ ਸੀ ਮੇਰੇ ਯਾਦ ਨਹੀਂ ਰਿਹਾ ਜਦੋਂ ਮੈਂ ਉਹਦੇ ਵਿੱਚ ਪਾਇਆ ਉਹ ਟੂ ਬੋਲਣ ਲੱਗ ਗਈ ਅਤੇ ਹੁਣ ਵਾਕ ਕਰਕੇ ਚੱਲਦੇ ਹਾਂ ਕਿਉਂਕਿ ਨੇੜੇ ਹੈ ਜਿੱਥੇ ਜਾਣਾ ਲਾ ਸਾ ਤੂੰ ਲਓ ਜੀ ਇਹ ਫੂਡ ਬਸ ਅਤੇ ਹੁਣ ਇਹਦੇ 'ਚ ਅਸੀਂ ਸਾਰਾ ਪੈਰਿਸ ਜਿਹੜਾ ਹੈ ਇੱਥੋਂ ਲੋਕਲ ਦੀ 10 ਡੈਸਟੀਨੇਸ਼ਨ ਆਏ ਸਾਨੂੰ ਘੁਮਾਓਗੀ ਅੱਧੀ ਤਾਂ ਕੱਲ੍ਹ ਵੀ ਘੁੰਮ ਰਿਹਾ ਸੀ ਪਰ ਹੁਣ ਮੋਰਨਿੰਗ ਟਾਈਮ ਹੈਗਾ ਤਾਂ ਸੋਚਿਆ ਚਲੋ ਪਾਸ ਲਿਆ ਵਾ ਇਹਦਾ ਤਾਂ ਉਹਦੇ ਪੈਸੇ ਵਸੂਲੇ ਜਾਣ ਚਲੋ ਬੈਠ ਗਏ ਜੀ ਉੱਪਰ ਤੁਹਾਨੂੰ ਦਿਖਾਉਂਦੇ ਨਾਲ ਕੀ ਹੈ ਕੀ ਨਹੀਂ ਐਵੇਂ ਕਰਕੇ ਤੁਹਾਨੂੰ ਸਾਰਾ ਘੁੰਮਾ ਲਈਏ ਇੱਥੇ ਕਈ ਬੱਸਾਂ ਚੱਲਦੀਆਂ 10-10 ਮਿੰਟਾਂ ਕਰ ਗਈ ਲਓ ਜੀ ਚੱਲ ਪਏ ਏਅਰਪੋਰਟ ਵੱਲ ਨੂੰ ਇੱਥੋਂ ਅੱਜ ਟੈਕਸੀ ਨਹੀਂ ਕਰੀ ਇਹ ਬੱਸ ਲਈ ਹੈ ਇਹ ਸਾਡੇ ਸਟੇਸ਼ਨ ਦੇ ਬਿਲਕੁਲ ਨਾਲ ਤੋਂ ਜਾਂਦੀ ਹੈ ਸਿੱਧੀ ਏਅਰਪੋਰਟ ਅਤੇ ਦੇਖਦੇ ਵੀ ਇੱਕ ਐਕਸਪੀਰੀਅੰਸ ਹੈ ਨਵਾਂ ਅਤੇ ਕਿਵੇਂ ਕਰਕੇ ਕਿਵੇਂ ਪਹੁੰਚਦੇ ਹਾਂ ਵੈਸੇ ਤਾਂ ਸਿੱਧੇ ਡਰਾਈਵਰ ਸਾਹਿਬ ਹੈ ਸਾਡੇ ਅਤੇ ਇਹ ਬੱਸ ਹੈ ਪੂਰੀ ਲਗੇਜ ਬਣਾ ਲਏ ਵਿੱਚ ਰੱਖ ਲਈ ਜਗ੍ਹਾ ਮਿਲ ਗਈ ਸੀ ਪ੍ਰੋਪਰ ਬੈਠ ਕੇ ਹੁਣ ਇਹਦੇ 'ਤੇ ਜਾਊਂਗੇ ਏਅਰਪੋਰਟ ਦਿਖਾਉਂਦੇ ਬਾਕੀ ਤੁਹਾਨੂੰ ਦੱਸ ਦਿਆ ਸਫ਼ਰ ਉਹ ਜੀ ਬੱਸ ਚੱਲ ਪਈ ਓਪੇਰਾ ਤੋਂ ਸਿੱਧੀ ਏਅਰਪੋਰਟ ਲਈ ਡਾਇਰੈਕਟ ਬੱਸ ਹੈ ਕੋਈ ਸਟੇਸ਼ਨ ਨਹੀਂ ਹੈ ਸਭ ਤੋਂ ਪਹਿਲਾ ਸਟੇਸ਼ਨ ਸਾਡਾ ਹੀ ਆਏਗਾ ਟਰਮੀਨਲ 1 ਉਸ ਤੋਂ ਬਾਅਦ 'ਚੋਂ ਫਿਰ ਇਹ ਟਰਮੀਨਲ 2-3 ਐਵੇਂ ਕਰਕੇ ਵਾਰੀ ਵਾਰੀ ਸੀ ਪੈਸੰਜਰ ਉਤਾਰਦੀ ਜਾਂਦੀ ਹੈ ਪਰ ਰਾਸਤੇ ਜਿਹਨੇ ਪੈਰਿਸ ਕਿਤੇ ਨਹੀਂ ਰੁਕਣਾ ਡਾਇਰੈਕਟ ਬੱਸ ਹੈ ਇੱਥੋਂ ਸਿੱਧਾ CDG ਏਅਰਪੋਰਟ ਪੈਰਿਸ ਲਓ ਜੀ ਨੇੜੇ ਆ ਗਏ ਏਅਰਪੋਰਟ ਦੇ ਪਹੁੰਚ ਕੇ ਆਲਮੋਸਟ ਇੱਥੋਂ ਬੱਸ 'ਤੇ ਲਿਖਿਆ ਆ ਰਿਹਾ ਵੀ ਵਿਦਇਨ 5 ਮਿੰਟਸ ਤੁਸੀਂ ਟਰਮੀਨਲ 1 'ਤੇ ਪਹੁੰਚ ਜਾਣਾ ਹੈ ਬਾਕੀ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਉੱਥੇ ਟਰਮੀਨਲ 1 ਦੇ ਅੰਦਰ ਪੈਰਿਸ ਦਾ ਏਅਰਪੋਰਟ ਕਿਵੇਂ ਹੈ ਕਿਵੇਂ ਨਹੀਂ ਹਾਂਜੀ ਆ ਗਏ ਜੀ ਟਰਮੀਨਲ 1 ਚੱਲੇ ਇੰਡੀਆ ਫਲਾਈਟ ਹੈ 2:10 'ਤੇ ਅਤੇ ਜਿਹੜਾ ਇੱਥੇ ਸਮਾਨ ਚੈੱਕ ਕੀਤਾ ਮੇਰੇ ਕੋਲ ਲਿਕੁਇਡ ਸੀ ਉਹਦੇ 'ਚ ਥੋੜ੍ਹਾ ਜਿਹਾ ਖਾਣ ਪੀਣ ਦੇ ਆਈਟਮਾਂ ਜਿਹਦੇ 'ਚ ਦਹੀਂ ਵੀ ਸੀ ਯੋਗਰਟ ਕਹਿੰਦੇ ਜਿਹਨੂੰ ਇੱਕ ਦੋ ਉਹ ਵੀ ਰੱਖ ਲਈ ਉਹਨਾਂ ਨੇ ਮੇਰੀਆਂ ਅਤੇ ਮੈਂ ਤਾਂ ਟਰਾਈ ਕੀਤਾ ਸੀ ਵੀ ਹੈ ਨਹੀਂ ਮੇਰੇ ਕੋਲ ਕਹਿ ਕੇ ਪਰ ਉਹਨਾਂ ਸਕੈਨ 'ਚ ਆ ਗਈਆਂ ਤਾਂ ਉਹਨੇ ਮੇਰਾ ਸਾਈਡ 'ਤੇ ਪੈਕ ਕਰਾ ਕੇ ਸਾਰਾ ਕੱਢ ਲਿਆ 3-4 ਯੋਗਰਟ ਦੇ ਉਹ ਸੀ ਅਤੇ
ਚਲੋ ਕੋਈ ਚੱਕਰ ਨਹੀਂ। ਲਓ ਜੀ ਇੱਥੇ ਸੀ ਡੀ ਜੀ ਏਅਰਪੋਰਟ 'ਤੇ ਬੈਠਾ ਬੈਠਾ ਬੋਰ ਹੋ ਗਿਆ, ਮੇਰਾ ਵੀ ਮੂਡ ਜਿਹਾ ਬਣ ਗਿਆ। ਮੈਂ ਕਿਹਾ ਜਾ ਕੇ ਚਲੋ ਗੇਮੇ ਖੇਡ ਲਈਏ, ਹੁਣ ਚੱਲਿਆ ਗੇਮ ਖੇਡਣ। ਮੇਰੇ ਗੇਟ ਤੋਂ ਥੋੜ੍ਹਾ ਜਿਹਾ ਪਾਸੇ ਹੈ ਇਹ, ਪਹਿਲਾਂ ਗੇਟ ਨੰਬਰ 18 ਸੀ, ਉਹਨਾਂ ਅਨਾਊਂਸਮੈਂਟ ਕਰਤੀ ਤੁਸੀਂ ਗੇਟ ਨੰਬਰ 28 'ਤੇ ਜਾਓ, ਤੁਹਾਡੀ ਵੀ ਚੇਂਜ ਕੀਤਾ ਇਹਨਾਂ ਦਾ ਹੋਣਾ ਕੋਈ ਸਿਸਟਮ, ਅਤੇ ਆਪਾਂ 28 'ਤੇ ਆਪਣਾ ਸਮਾਨ ਪਹੁੰਚਾ ਕੇ ਹੈਂਡ ਬੈਗ ਵਗੈਰਾ ਸੀ ਗੂਗਲ ਦੋਵੇਂ ਇਹਦੇ ਨਾਲ ਖੇਡ ਰਿਹਾ ਮੈਂ, ਦੇਖਦੇ ਸੀ ਹੈ। ਸੋ ਦੇਖਦੇ ਹਾਂ ਹੁਣ ਕੌਣ ਜਿੱਤਦਾ। ਬਹੁਤ ਹੀ ਵਧੀਆ ਏਅਰਪੋਰਟ ਹੈ, ਬੈਠਣ ਦੀ ਸੀਟਿੰਗ ਬੜੀ ਵਧੀਆ ਹੈ, ਲੱਗੇ ਪੂਰੇ ਜਿਹੜੇ ਇਹਨਾਂ ਦੇ ਸੋਫੇ ਹੈ ਸਾਰੇ, ਨਹੀਂ ਤਾਂ ਆਮ ਤਾਂ ਚੇਅਰ ਵਗੈਰਾ ਹੁੰਦੀਆਂ, ਕੁਰਸੀਆਂ ਦੇਖੋ ਐਨ ਜਿਸ ਤਰ੍ਹਾਂ ਤੁਸੀਂ ਕਿਸੇ ਚੰਗੇ ਹੋਟਲ 'ਚ ਬੈਠੇ ਆ ਜੀ ਫੀਲਿੰਗ ਹੈ। ਬਿਲਕੁਲ ਸਾਫ਼ ਸੁਥਰਾ ਮਜ਼ੇਦਾਰ ਹੈ, ਇੱਥੇ ਤਾਂ ਵੈਸੇ ਹੀ ਟਾਈਮ ਪਾਸ ਹੋ ਜਾਊ ਬੰਦੇ ਦਾ ਬੈਠੇ ਦਾ, ਜਿੰਨਾ ਨੀਟ ਐਂਡ ਕਲੀਨ ਹੈ ਇਹ। ਅੱਛਾ ਇੱਕ ਹੋਰ ਵਧੀਆ, ਜੇ ਕਿਸੇ ਦਾ ਦਿਲ ਕਰਦਾ ਪਿਆਨੋ ਵਜਾਉਣ ਦਾ, ਪਿਆਨੋ ਆਲਸੋ ਪਹਿਲੇ ਵਾਰ ਰੱਖਿਆ ਹੋਇਆ ਇਹਨਾਂ ਨੇ। ਵਾਓ ਮਤਲਬ ਕਿ ਬੰਦੇ ਬੋਰ ਨਹੀਂ ਹੋ ਸਕਦਾ ਔਰ ਏਅਰਪੋਰਟ 'ਤੇ। ਹੈਲੋ ਸੋ ਦੇਖੋ ਪੀ ਐੱਸ ਦੀ ਫੈਸਿਲਿਟੀ ਵੀ ਇੱਥੇ ਹੈ, ਤੁਸੀਂ ਯੂ ਕੈਨ ਪਲੇ ਗੇਮ ਐਨੀ ਟਾਈਮ। ਲਓ ਜੀ ਆ ਗਈ ਪੈਰਿਸ ਦੀ ਡਿਊਟੀ ਫਰੀ। ਲਓ ਜੀ ਮੀਲ ਆ ਗਈ, ਕੋਲਡ ਡਰਿੰਕ ਸਮਥਿੰਗ ਨੋਨ ਵੈਜ ਮੀਲ ਹੈ, ਅੱਛੀ ਮੀਲ ਹੈ, ਦੇਖਦੇ ਖਾ ਕੇ ਟੇਸਟ।